ਇਸੇ ਪਿੰਡ ਦਾ ਗੰਗੂ ਬ੍ਰਾਹਮਣ ਜੋ ਪੁਰਾਣੀ ਇਮਾਰਤ ਆਪ ਦੇਖ ਰਹੇ ਹੋ ਪਿੱਛੇ, ਗੰਗੂ ਬ੍ਰਾਹਮਣ ਸਤਿਗੁਰਾਂ ਨੂੰ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰ ਕੌਰ ਜੀ ਨੂੰ ਕੰਮੋ ਵਾਸੀ ਦੇ ਡੂੰਘੇ 'ਚ ਸਤਪੋਹ ਨੂੰ ਰਾਤ ਉੱਥੇ ਮਿਲਿਆ। ਉਹ ਕਹਿੰਦਾ ਮੇਰਾ ਪਿੰਡ ਸਿਹੜੀ ਖੇੜੀ ਨੇੜੇ ਹੀ ਹੈ, ਮੇਰੇ ਨਾਲ ਚੱਲੋ ਚੱਲੋ। ਅੱਠਪੋਹ ਨੂੰ ਇਸੇ ਸਥਾਨ 'ਤੇ ਰਾਤ ਨੂੰ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਰਾਤ ਸੁੱਤੇ, ਉਹ ਪੁਰਾਣਾ ਪਲੰਘ ਪਿਆ ਜੀ, ਪੁਰਾਣੀ ਇਮਾਰਤ ਹੈ। ਅਤੇ ਨੌਪੋਹ ਨੂੰ ਕੁਤਵਾਲੀ ਸਾਹਿਬ ਉਸਨੇ ਜਾਨੀ ਖਾਂ ਮਾਨਕ ਨੂੰ ਜਾ ਕੇ ਸ਼ਿਕਾਇਤ ਕਰਕੇ ਉਹਨਾਂ ਨੂੰ ਫੜਾ ਦਿੱਤਾ ਜੀ। ਬਾਬਾ ਜੀ, ਅੱਜ ਵੀ ਜਿਹੜਾ ਪਲੰਘ ਸਾਹਿਬ ਪਿਆ ਮਾਤਾ ਗੁਜਰੀ ਦੇ, ਮਤਲਬ ਕਿ ਆਰਾਮ ਕੀਤਾ, ਵਿਸ਼ਰਾਮ ਕੀਤਾ ਸੀਗਾ, ਅਤੇ ਅੱਜ ਵੀ ਸੰਗਤ ਦਰਸ਼ਨ ਦੀਦਾਰੇ ਕਰਦੀਆਂ ਨੇ? ਹਾਂ ਜੀ, ਬਹੁਤ ਦੂਰ ਜਾਣੇ ਦੇਸ਼ਾਂ ਵਿਦੇਸ਼ਾਂ ਨੂੰ ਸੰਗਤ ਆਉਂਦੇ ਜੀ। ਇਹ ਹੁਣ ਤਾਂ ਤਕਰੀਬਨ ਹਰ ਟਾਈਮ ਹੀ ਸੰਗਤ ਆਈ ਜਾਂਦੀ ਹੈ। ਬਾਕੀ ਇਹਨਾਂ ਸ਼ਹੀਦੀ ਦੇ ਦਿਹਾੜੇ ਚੱਲਦੇ, ਇਹਨਾਂ 'ਚ ਬਹੁਤ ਜ਼ਿਆਦਾ ਸੰਗਤ ਹੈ। ਆਪ ਦੇਖ ਰਹੇ ਸੰਗਤ ਬਹੁਤ ਜ਼ਿਆਦਾ ਸੰਗਤ ਆ ਰਹੀ ਹੈ ਦਰਸ਼ਨਾਂ ਨੂੰ। ਅਤੇ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮੇਰੇ ਕਬਹੂ ਨਾ ਛਾੜੇ ਖੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਲਸਾਨੀ ਸ਼ਹਾਦਤ ਨੂੰ ਸਮਰਪਿਤ ਪਿੰਡਾਂ ਦੇ ਵਿੱਚ ਸਮਾਗਮ ਕਰਵਾਏ ਜਾਂਦੇ ਨੇ, ਅਤੇ ਉਸ ਨੂੰ ਲੈ ਕੇ ਆਉਣ ਵਾਲੀ 23 ਤਰੀਕ ਨੂੰ ਸਫਰੇ ਸ਼ਹਾਦਤ ਵੀ ਇਸ ਸਥਾਨ 'ਤੇ ਗੁਰਦੁਆਰਾ ਸ਼੍ਰੀ ਅਟਕ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। ਅਤੇ ਉਸ ਨੂੰ ਲੈ ਕੇ ਇੱਥੋਂ ਦੇ ਮੁੱਖ ਸੇਵਾਦਾਰ ਬਾਬਾ ਜੀ, ਬਾਬਾ ਨਿਰਮਲ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਅਤੇ ਗੱਲਬਾਤ ਕਰਾਂਗੇ, ਕਿਉਂਕਿ ਆਉਣ ਵਾਲੀ 23 ਤਰੀਕ ਨੂੰ ਸਫਰੇ ਸ਼ਹਾਦਤ ਦਾ ਜਿਹੜਾ ਪ੍ਰੋਗਰਾਮ ਆ ਉਹ ਇੱਥੇ ਰਾਤ ਨੂੰ ਠਹਿਰਾਅ ਹੁੰਦਾ, ਅਤੇ ਬਾਬਾ ਜੀ ਨਾਲ ਗੱਲਬਾਤ ਕਰਦੇ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਆਉਣ ਵਾਲੇ ਸਮੇਂ 'ਚ 23 ਤਰੀਕ ਨੂੰ ਸਫਰੇ ਸ਼ਹਾਦਤ ਦਾ ਪ੍ਰੋਗਰਾਮ ਵੀ ਇੱਥੇ ਹੋਣ ਜਾ ਰਿਹਾ, ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਦੇਸ਼ ਵਿਦੇਸ਼ ਰਹਿੰਦੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਕਿ ਇੱਥੇ 8ਪੋਹ ਨੂੰ ਸਫਰੇ ਸ਼ਹਾਦਤ ਪ੍ਰੋਗਰਾਮ ਹੁੰਦਾ, ਜਿਹੜਾ ਕਿ ਐਤਕੀ 23 ਤਰੀਕ ਹੈ। ਅਤੇ ਸਾਰੀਆਂ ਸੰਗਤਾਂ ਨੂੰ ਮੇਰੀ ਬੇਨਤੀ ਹੈ ਕਿ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰੋ। ਇਸ ਸਥਾਨ ਦੀ ਉਸਾਰੀ ਚੱਲ ਰਹੀ ਹੈ। ਆਪ ਰਹਿੰਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਥਾਨ ਦੀ ਸੇਵਾ ਕਰਕੇ ਪਾਈ, ਆਪ ਸੇਵਾ ਕਰਕੇ ਇਸ ਦਾ ਆਪ ਜੀ ਲਾਭ ਉਠਾਓ। ਅਤੇ ਬਾਬਾ ਜੀ, ਇੱਕ ਵਾਰ ਇਤਿਹਾਸ ਨਾਲ ਜਾਣੂ ਕਰਵਾ ਦਿਓ ਸੰਗਤਾਂ ਨੂੰ, ਕਿਉਂਕਿ ਬਹੁਤ ਇਤਿਹਾਸਿਕ ਧੰਨ ਮਾਤਾ ਗੁਜਰ ਕੌਰ ਜੀ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਚਰਨ ਛੋਹ ਪ੍ਰਾਪਤ ਇਹ ਸਥਾਨ, ਇਹ ਧਰਤੀ ਹੈ।
ਜਦੋਂ ਸਰਸੇ ਦੇ ਵਿਛੋੜਾ ਪੈਂਦਾ ਸਤਿਗੁਰਾਂ ਦਾ, ਜਦੋਂ ਸੱਤ ਪੋਹ ਨੂੰ ਉੱਥੇ ਇਸੇ ਪਿੰਡ ਦਾ ਜਦੋਂ ਪਹਿਣਾ ਪਹਿਲਾ ਨਾਂ ਖੇੜੀ ਸੀ, ਅੱਜ ਕੱਲ੍ਹ ਖਾਲਸੇ ਨੇ ਸੇੜੀ ਰੱਖਿਆ, ਇਹਦਾ ਨਾਂ ਜਦੋਂ ਦੁਬਾਰਾ ਪਿੰਡ ਵਸਿਆ ਉਸ ਟਾਈਮ ਸੇੜੀ ਰੱਖਿਆ। ਇਸੇ ਪਿੰਡ ਦਾ ਗੰਗੂ ਬ੍ਰਾਹਮਣ, ਜੋ ਪੁਰਾਣੀ ਇਮਾਰਤ ਆਪ ਦੇਖ ਰਹੇ ਹੋ ਪਿੱਛੇ, ਗੰਗੂ ਬ੍ਰਾਹਮਣ ਸਤਿਗੁਰਾਂ ਨੂੰ, ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰ ਕੌਰ ਜੀ ਨੂੰ ਕੰਮੋ ਵਾਚਕ ਦੇ ਚੁੰਗੇ 'ਚ ਸੱਤ ਪੋਹ ਨੂੰ ਰਾਤ ਉੱਥੇ ਮਿਲਿਆ। ਉਹ ਕਹਿੰਦਾ ਮੇਰਾ ਪਿੰਡ ਸੇੜੀ ਖੇੜੀ ਨੇੜੇ ਹੀ ਹੈ, ਮੇਰੇ ਨਾਲ ਚੱਲੋ। ਅੱਠ ਪੋਹ ਨੂੰ ਇਸੇ ਸਥਾਨ 'ਤੇ ਰਾਤ ਨੂੰ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਰਾਤ ਸੁੱਤੇ, ਉਹ ਪੁਰਾਣਾ ਪਲੰਗ ਪਿਆ ਜੀ, ਪੁਰਾਣੀ ਇਮਾਰਤ ਹੈ। ਅਤੇ ਨੌ ਪੋਹ ਨੂੰ ਕੁਤਵਾਲੀ ਸਾਹਿਬ ਉਸਨੇ ਜਾਨੀ ਖਾਂ ਮਾਨਕ ਨੂੰ ਲਿਆ ਕੇ ਸ਼ਿਕਾਇਤ ਕਰਕੇ ਉਹਨਾਂ ਨੂੰ ਫੜਾ ਦਿੱਤਾ ਜੀ। ਬਾਬਾ ਜੀ, ਅੱਜ ਵੀ ਜਿਹੜੇ ਪਲੰਗ ਸਾਹਿਬ ਪਏ ਆ ਮਾਤਾ ਗੁਜਰੀ ਦੇ, ਮਤਲਬ ਕਿ ਆਰਾਮ ਕੀਤਾ, ਵਿਸ਼ਰਾਮ ਕੀਤਾ ਸੀਗਾ, ਅਤੇ ਅੱਜ ਵੀ ਸੰਗਤ ਦਰਸ਼ਨ ਦੀਦਾਰੇ ਕਰਦੀ ਨੇ? ਹਾਂ ਜੀ, ਬਹੁਤ ਦੂਰ ਜਾਣੇ ਦੇਸ਼ਾਂ ਵਿਦੇਸ਼ਾਂ ਨੂੰ ਸੰਗਤ ਆਉਂਦੇ ਜੀ। ਇਹ ਹੁਣ ਤਾਂ ਤਕਰੀਬਨ ਹਰ ਟਾਈਮ ਹੀ ਸੰਗਤ ਆਈ ਜਾਂਦੀ ਹੈ। ਬਾਕੀ ਇਹਨਾਂ ਸ਼ਹੀਦੀ ਦੇ ਦਿਹਾੜੇ ਚੱਲਦੇ, ਇਹਨਾਂ 'ਚ ਬਹੁਤ ਜ਼ਿਆਦਾ ਸੰਗਤ ਹੈ। ਆਪ ਦੇਖ ਰਹੇ ਸੰਗਤ, ਬਹੁਤ ਜ਼ਿਆਦਾ ਸੰਗਤ ਆ ਰਹੀ ਹੈ ਦਰਸ਼ਨਾਂ ਨੂੰ, ਅਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਨੂੰ। ਬਾਬਾ ਜੀ, ਕਾਰ ਸੇਵਾ ਵੀ ਚੱਲ ਰਹੀ ਹੈ ਮਾਤਾ ਦੀ? ਹਾਂ ਜੀ, ਮਾਤਾ ਗੁਜਰ ਕੌਰ ਚੈਰੀਟੇਬਲ ਟਰੱਸਟ ਵੱਲੋਂ ਇਸ ਸੰਗਤਾਂ ਦੇ ਸਹਿਯੋਗ ਨਾਲ ਸੇਵਾ ਚੱਲਦੀ ਹੈ। ਦਾਸ ਮੁੱਖ ਸੇਵਾ ਦਾ ਭਾਈ ਨਰਮਲ ਸਿੰਘ ਖਾਲਸਾ, ਜਿਹੜਾ ਇਸ ਦਾ ਪ੍ਰਬੰਧ ਆਪ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਿਹਾ ਜੀ। ਹਾਂਜੀ, ਅਤੇ ਬਾਬਾ ਜੀ, ਆਉਣ ਵਾਲੇ ਸਮੇਂ ਜਿਹੜੀ 23 ਤਰੀਕ ਹੈ ਸਫਰੇ ਸ਼ਹਾਦਤ ਦਾ ਟਾਈਮ, ਦੱਸ ਦਿਓ ਸੰਗਤਾਂ ਨੂੰ ਵੀ ਕਿੰਨੇ ਵਜੇ ਜਿਹੜੇ ਦੀਵਾਨ ਨੇ ਸਜਾਏ ਜਾਣਗੇ? ਹਾਂਜੀ, 23 ਤਰੀਕ ਨੂੰ ਤਕਰੀਬਨ 6 ਕੁ ਵਜੇ ਆਰੰਭ ਹੋ ਜਾਂਦਾ ਦੀਵਾਨ, 6 ਤੋਂ 12-1 ਵਜੇ ਜਾਂਦਾ। ਠੀਕ ਹੈ, ਹਾਂਜੀ।